ਦੇਖੋ ਅੱਜ ਮੈਂ ਸਮਝਦਾ ਬਿੱਲੀ ਥੈਲਿਓ ਬਾਹਰ ਆਈ ਆ। ਆਮ ਆਦਮੀ ਪਾਰਟੀ ਬੜੇ ਲੰਬੇ ਅਰਸੇ ਤੋਂ ਕਹਿ ਰਹੀ ਆ ਕਿ ਕੈਪਟਨ ਅਤੇ ਬਾਦਲ ਇੱਕੋ ਨੇ, ਦੋਨੇ ਬਦਲ ਬਦਲ ਕੇ ਪੰਜਾਬ ਨੂੰ ਲੁੱਟ ਰਹੇ ਨੇਗੇ, ਲਗਾਤਾਰ ਪੰਜਾਬ ਦੀ ਲੁੱਟ ਜਾ ਰਹੀ ਆ। ਅੱਜ ਜਿਹੜਾ ਕੈਪਟਨ ਸਾਹਿਬ ਦਾ ਬਿਆਨ ਸਾਹਮਣੇ ਆਇਆ ਹਿੰਦੁਸਤਾਨ ਟਾਈਮ ਦੇ ਉੱਤੇ ਲੱਗਿਆ, ਉਹਦੇ ਵਿੱਚ ਬੜਾ ਸਪੱਸ਼ਟ ਕੈਪਟਨ ਸਾਹਿਬ ਨੇ ਕਿਹਾ ਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਿੱਚ ਬਾਦਲ ਸ਼ਾਮਿਲ ਨਹੀਂ ਹੈਗੇ, ਨਾ ਉਹਨਾਂ ਦੀ ਪਾਰਟੀ ਸ਼ਾਮਿਲ ਆ। ਸੋ ਇੱਥੋਂ ਪਤਾ ਲੱਗਦਾ ਜਿਹੜਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਆ, ਜਿਹੜਾ ਵਿਅਕਤੀ ਪੰਜਾਬ ਦਾ ਮੁੱਖ ਮੰਤਰੀ ਆ, ਜਿਹੜਾ ਜਾਂਚ ਕਰਵਾ ਰਿਹਾ, ਜਿਹੜੀ ਜਿਹਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਆ, ਉਹ ਲਗਾਤਾਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹਨੂੰ ਰੱਦ ਕਰ ਰਿਹਾ, ਉਹਨੂੰ ਡੀਰੇਲ ਕਰ ਰਿਹਾ। ਵਿਧਾਨ ਸਭਾ ਦੇ ਅੰਦਰ ਜਿਹੜੇ ਮੰਤਰੀਆਂ ਨੇ ਸਹੁੰ ਖਾਧੀ ਸੀ, ਜਿਹੜੇ ਲੋਕਾਂ ਨੇ ਸਹੁੰ ਖਾ ਕੇ ਕੈਪਟਨ ਸਾਹਿਬ ਨੂੰ ਕਿਹਾ ਸੀਗਾ ਕਿ ਜਿਹੜੇ ਬਾਦਲ ਪਰਿਵਾਰ ਨੂੰ ਜਲਦੀ ਅੰਦਰ ਕਰੋ, ਅੱਜ ਮੈਂ ਸਮਝਦਾ ਉਹਨਾਂ ਸਾਰੇ ਮਿਨਿਸਟਰਾਂ ਨੂੰ ਅਸਤੀਫੇ ਦੇਣੇ ਚਾਹੀਦੇ ਨੇ, ਅੱਜ ਪੂਰੀ ਕਾਂਗਰਸ ਪਾਰਟੀ ਨੂੰ ਅਸਤੀਫਾ ਦੇਣਾ ਚਾਹੀਦਾ, ਕਿਉਂਕਿ ਕੈਪਟਨ ਸਾਹਿਬ ਨੇ ਉਹਨਾਂ ਦੀ ਇੱਕ ਵੀ ਗੱਲ ਮਿਲੀ, ਪਰ ਕੈਪਟਨ ਸਾਹਿਬ ਨੇ ਜਿਹੜਾ ਪਵਿੱਤਰ ਸਦਨ ਆ, ਵਿਧਾਨ ਸਭਾ ਦਾ ਪਵਿੱਤਰ ਸਦਨ ਆ, ਉਹਦੀ ਤੋਹੀਨ ਕੀਤੀ ਆ। ਆਮ ਆਦਮੀ ਪਾਰਟੀ ਕਦ ਤੱਕ ਉਮੀਦਵਾਰ ਉਤਾਰੇਗੀ ਜਿੰਮਨੀ ਚੋਣਾਂ? ਆਮ ਆਦਮੀ ਪਾਰਟੀ ਮੈਂ ਸਮਝਦਾ 2 ਜਾਂ 3 ਦਿਨਾਂ 'ਚ ਸਾਰੇ ਉਮੀਦਵਾਰ ਜਿਹੜੇ ਜਿੰਮਨੀ ਚੋਣਾਂ ਹੋਣੇ ਉਤਾਰ ਦੇਵਾਂਗੇ। ਜਿਹੜਾ ਕਾਂਗਰਸ ਨੇ ਆਪਣੇ ਉਮੀਦਵਾਰ ਉਤਾਰੇ ਆ, ਉਹਨਾਂ ਦੇ ਵਿੱਚ ਵੀ ਫੁੱਟ ਦਿਖਾਈ ਦੇ ਰਹੀ ਆ। ਦੇਖੋ ਕਾਂਗਰਸ ਪਾਰਟੀ ਜਿਹੜੇ ਉਹਨਾਂ ਦੇ ਆਪਦੇ ਕੰਮ ਕਰਨ ਵਾਲੇ ਵਿਅਕਤੀ ਨੇ, ਜਿਹੜੇ ਕਾਂਗਰਸ ਦੇ ਮੁੱਢਲੇ ਮੈਂਬਰ ਨੇ, ਉਹਨਾਂ ਨੂੰ ਟਿਕਟ ਨਹੀਂ ਦੇ ਰਹੇ, ਜਿਹੜੇ ਬਾਹਰੋਂ ਪੈਰਾਸ਼ੂਟ ਰਾਹੀਂ ਆਏ ਨੇ ਵਿਅਕਤੀ, ਉਹਨਾਂ ਨੂੰ ਟਿਕਟ ਦੇ ਰਹੀ ਹੈ, ਇਸ ਕਰਕੇ ਉਹਨਾਂ 'ਚ ਬਗਾਵਤ ਹੋਣਾ ਸੰਭਾਵਕ ਆ। ਆਮ ਆਦਮੀ ਪਾਰਟੀ ਆਪਣੇ ਵਲੰਟੀਅਰ ਨੂੰ ਟਿਕਟ ਦੇਊਗੀ ਤਾਂ ਕਿ ਸਾਡੇ ਜਿਹੜੇ ਵਲੰਟੀਅਰ ਨੇ ਮਜ਼ਬੂਤੀ ਦੇ ਨਾਲ ਪੰਜਾਬ ਸਰਕਾਰ ਦਾ ਟਾਕਰਾ ਕਰ ਸਕਣ। 2017 ਦੇ ਵਿੱਚ ਜਿੰਨੇ ਵਾਅਦੇ ਕੈਪਟਨ ਸਾਹਿਬ ਨੇ ਕੀਤੇ ਸੀ ਪੰਜਾਬ ਦੇ ਲੋਕਾਂ ਨਾਲ, ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ। ਸੋ ਸਾਨੂੰ ਪੂਰਨ ਆਸ ਆ ਕਿ ਆਮ ਆਦਮੀ ਪਾਰਟੀ 4 ਸੀਟਾਂ 'ਤੇ ਵੱਡੀ ਪੱਧਰ ਜਿੱਤ ਹਾਸਲ ਕਰੂਗੀ। ਤੁਸੀਂ ਇੱਥੇ ਆਏ ਹੋ ਕਰਤਾਰਪੁਰ ਕੋਰੀਡੋਰ ਦਾ ਕੰਮ ਦੇਖਣ ਆਏ ਹੋ, ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ, ਕਿਸ ਤਰ੍ਹਾਂ ਦੇ ਤਰੀਕੇ ਨਾਲ ਕੰਮ ਚੱਲ ਰਿਹਾ? ਦੇਖੋ ਕਰਤਾਰਪੁਰ ਕੋਰੀਡੋਰ ਦਾ ਕੰਮ ਬਿਲਕੁਲ ਚੱਲ ਰਿਹਾ ਹੈਗਾ, ਇਹ 'ਚ ਕੋਈ ਸ਼ੱਕ ਨਹੀਂ, ਪਰ ਲੇਕਿਨ ਕੰਮ ਬੜਾ ਸਲੋ ਚੱਲ ਰਿਹਾ। ਜਿਸ ਤਰ੍ਹਾਂ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ, ਜਿਸ ਤਰ੍ਹਾਂ ਕੇਂਦਰ ਸਰਕਾਰ ਦਾਅਵੇ ਕਰ ਰਹੀ ਆ ਕਿ ਅਕਤੂਬਰ ਤੱਕ ਪੂਰਾ ਹੋ ਜੂਗਾ, ਨਵੰਬਰ ਤੱਕ ਪੂਰਾ ਹੋ ਜੂ, ਮੈਨੂੰ ਆਸ ਨਹੀਂ, ਕਿਉਂਕਿ ਬਹੁਤ ਵੱਡੀ ਪੱਧਰ 'ਤੇ ਇਹ ਕੰਮ ਹੋਣਾ ਬਾਕੀ ਆ। ਸੋ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਆ, ਕੇਂਦਰ ਸਰਕਾਰ ਨੂੰ ਬੇਨਤੀ ਹੈ, ਕੰਮ ਨੂੰ ਜਿਹੜਾ ਹੈਗਾ ਹੋਰ ਤੇਜ਼ ਕੀਤਾ ਜਾਵੇ ਤਾਂ ਕਿ ਜਿਹੜਾ ਹੈਗਾ 550 ਗੁਰਪੁਰਬਾਂ ਰਿਹਾ ਸਾਰੀ ਸਿੱਖ ਸੰਗਤਾਂ ਮਿਲ ਕੇ ਮਨਾ ਸਕਣ। ਬਟਾਲਾ ਪਟਾਕਾ ਫੈਕਟਰੀ ਜਿਹੜੇ ਹੋਇਆ ਸੀ ਘਟਨਾ, ਉਹਦੇ ਵਿੱਚ 24 ਲੋਕਾਂ ਦੀ ਜਾਨ ਚਲੇ ਗਈ ਸੀ। 15 ਦਿਨ ਦੀ ਕਹੀ ਸੀ ਕਿ ਜਾਂਚ ਪੂਰੀ ਕੀਤੀ ਜਾਵੇਗੀ, ਅੱਜ ਦੇ ਦਿਨ 15 ਦਿਨ ਪੂਰੇ ਹੋ ਚੁੱਕੇ ਨੇ, ਪਰ ਜਿਹੜੇ ਅਧਿਕਾਰੀ ਨੂੰ ਜਾਂਚ ਸੌਂਪੀ ਗਈ ਸੀ ਉਹ 2 ਮਹੀਨੇ ਦੀ ਛੁੱਟੀ ਲੈ ਕੇ ਬਾਹਰ ਚਲੇ ਗਏ। ਦੇਖੋ ਜਿਹੜੀਆਂ ਪਟਾਕਾ ਫੈਕਟਰੀਆਂ ਜਿਹੜੀਆਂ ਰਹਾਇਸ਼ੀ ਖੇਤਰਾਂ 'ਚ ਚੱਲਦੀਆਂ ਨੇਗੀਆਂ, ਉਹ ਪੰਜਾਬ ਸਰਕਾਰ ਦੀ ਸਹਿ ਤੋਂ ਬਿਨਾਂ ਨਹੀਂ ਚੱਲ ਸਕਦੀਆਂ, ਉਹ ਪ੍ਰਸ਼ਾਸਨ ਦੀ ਸਹਿ ਤੋਂ ਬਿਨਾਂ ਨਹੀਂ ਚੱਲ ਸਕਦੀਆਂ, ਉਹ ਜਿਹੜੀਆਂ ਸਾਡੀਆਂ ਏਜੰਸੀਆਂ ਉਹਨਾਂ ਦੀ ਸਹਿ ਤੋਂ ਬਿਨਾਂ ਨਹੀਂ ਚੱਲ ਸਕਦੀਆਂ। ਸੋ ਇਹੀ ਕਾਰਨ ਆ ਕਿ ਜਿਹੜੇ ਜਾਂਚ ਨਹੀਂ ਹੋ ਰਹੀ, ਜਿਹੜੀ 15 ਦਿਨ ਦਾ ਟਾਈਮ ਦਿੱਤਾ ਸੀ, ਜੇ ਜਾਂਚ ਅਧਿਕਾਰੀ ਉਹ ਭੱਜ ਗਿਆ ਤਾਂ ਇੱਥੋਂ ਪਤਾ ਲੱਗਦਾ ਕਿ ਪੰਜਾਬ ਸਰਕਾਰ ਹੀ ਭੱਜ ਗਈ, ਪੰਜਾਬ ਸਰਕਾਰ ਹੀ ਇਮਾਨਦਾਰ ਨਹੀਂ ਹੈਗੀ। ਉਹਨਾਂ 24 ਜਿਹੜੇ ਸਾਡੇ ਵਿਅਕਤੀ ਚਲੇ ਗਏ, ਜਿਹਨਾਂ ਦੇ ਪਰਿਵਾਰ ਜਿਹੜੇ ਹੈਗਾ ਉਹਨਾਂ ਤੋਂ ਲਾਂਭੇ ਹੋ ਗਏ, ਮਤਲਬ ਵਿਛੜ ਗਏ, ਸੋ ਉਹਨਾਂ ਨੂੰ ਇਨਸਾਫ਼ ਦੇਣ ਲਈ ਪੰਜਾਬ ਸਰਕਾਰ ਜਿਹੜੀ ਆ ਉਹ ਸਿਹਰਦ ਨਹੀਂ ਹੈਗੀ, ਉਹ ਇਮਾਨਦਾਰ ਨਹੀਂ ਹੈਗੀ, ਤਾਂ ਅਧਿਕਾਰੀ ਕਿੱਥੋਂ ਜਾਣਗੇ? ਇੱਥੋਂ ਪਤਾ ਲੱਗਦਾ ਕਿ ਪੰਜਾਬ ਸਰਕਾਰ ਦਾ ਉਸ ਜਿਹੜਾ ਕਾਂਡ ਹੋਇਆ ਉਹਦੇ ਵਿੱਚ ਹੱਥ ਸੀਗਾ। ਜਿਹੜੇ ਪੰਜਾਬ ਦੇ ਵਿੱਚ ਹਾਲਾਤ ਪੈਦਾ ਹੋਏ ਆ, ਖਾਸ ਕਰਕੇ ਤਰਨ ਤਾਰਨ ਦੇ ਵਿੱਚ ਜੋ ਕੁਛ ਹੋਇਆ, ਉਸ ਤੋਂ ਬਾਅਦ ਕੱਲ੍ਹ ਵੀ ਅੰਮ੍ਰਿਤਸਰ 'ਚ ਬਲਾਸਟ ਹੋਇਆ, ਲੱਗਦਾ ਕਿ ਇਲੈਕਸ਼ਨਾਂ ਦਾ ਫਿਰ ਜਿੰਮੀ ਚੋਣਾਂ ਦਾ ਸਮਾਂ ਆ ਗਿਆ। ਦੇਖੋ ਬੜੀ ਬੜੀ ਹੈਰਾਨੀ ਦੀ ਗੱਲ ਆ ਕਿ ਜਦੋਂ ਵੀ ਪੰਜਾਬ 'ਚ ਇਲੈਕਸ਼ਨ ਹੁੰਦੀ ਆ, ਚਾਹੇ ਪਾਰਲੀਮੈਂਟ ਦੀ ਇਲੈਕਸ਼ਨ ਹੋਵੇ, ਚਾਹੇ ਅਸੈਂਬਲੀ ਦੀ ਇਲੈਕਸ਼ਨ ਹੋਵੇ, ਚਾਹੇ ਪੰਚਾਇਤਾਂ ਦੀ ਇਲੈਕਸ਼ਨ ਹੋਵੇ, ਚਾਹੇ ਜ਼ਿਲ੍ਹਾ ਪਰਿਸ਼ਦ ਦੀ ਇਲੈਕਸ਼ਨ ਹੋਵੇ, ਚਾਹੇ ਬਾਏ ਇਲੈਕਸ਼ਨ ਹੋਵੇ, ਉਸ ਸਮੇਂ ਹੀ ਜਿਹੜਾ ਹੈਗਾ ਮੈਂ ਸਮਝਦਾ ਵੀ ਅੱਤਵਾਦ ਕਹਿੰਦੇ ਰਿਵਾਈਵ ਹੋ ਗਿਆ, ਅੱਤਵਾਦ ਦੁਬਾਰਾ ਆ ਗਿਆ। ਉਸ ਸਮੇਂ ਹੀ ਜਿਹੜਾ ਕਹਿੰਦੇ ਨੇ ਕਿ ਸਾਨੂੰ ਜਿਹੜਾ AK-47 ਮਿਲ ਗਈਆਂ, ਸਾਨੂੰ ਬੰਬ ਮਿਲ ਗਏ, ਸਾਨੂੰ ਬਹੁਤ ਸਾਰੇ ਬਲਾਸਟ ਹੋ ਗਏ। ਸੋ ਇੱਥੋਂ ਪਤਾ ਲੱਗਦਾ ਕਿ ਜਾਂਚ ਏਜੰਸੀਆਂ ਜਿਹੜੀਆਂ ਹਿੰਦੁਸਤਾਨ ਦੀਆਂ ਨੇ ਉਹ ਕਿਸ ਤਰ੍ਹਾਂ ਇਸ ਇਲਾਕੇ ਦੇ ਵਿੱਚ ਟੈਰਰ ਪੈਦਾ ਕਰਦੀਆਂ ਨੇ, ਕਿਸ ਤਰ੍ਹਾਂ ਇਸ ਇਲਾਕੇ ਦੇ ਵਿੱਚ ਜਿਹੜਾ ਹੈਗਾ ਦਹਿਸ਼ਤ ਦਾ ਮਾਹੌਲ ਪੈਦਾ ਕਰਦੀਆਂ ਨੇ। ਮੈਂ ਸਮਝਦਾ ਜਿਵੇਂ 2017 ਤੋਂ ਪਹਿਲਾਂ ਪੰਜਾਬ ਦੇ ਇੱਕ ਫਿਰਕੇ ਦੇ ਵਿੱਚ ਬਹੁਤ ਵੱਡੀ ਦਹਿਸ਼ਤ ਪੈਦਾ ਕੀਤੀ ਗਈ, ਉਹ ਕੀ ਸੀਗਾ ਕਿ ਮੌੜ ਦੇ ਵਿੱਚ ਬੰਬ ਬਲਾਸਟ ਕਰਨਾ। ਸੋ ਅੱਜ ਤੱਕ ਮੌੜ ਦੇ ਬੰਬ ਬਲਾਸਟ ਜਿੰਨੇ ਵੀ ਦੋਸ਼ੀ ਨੇ ਕਿਸੇ ਨੂੰ ਸਜ਼ਾ ਨਹੀਂ ਮਿਲੀ, ਕੋਈ ਕਿਸੇ ਵੀ ਜਾਂਚ ਏਜੰਸੀ ਜਿਹੜੀ ਹੈਗੀ ਹਿੰਦੁਸਤਾਨ ਦੀ ਜਾਂ ਪੰਜਾਬ ਦੀ ਅੱਜ ਤੱਕ ਕਿਸੇ ਵੀ ਦੋਸ਼ੀ ਤੱਕ ਨਹੀਂ ਪਹੁੰਚੀ ਜਿਹਨੇ ਕਿ ਉਹ ਮੌੜ ਦਾ ਬੰਬ ਬਲਾਸਟ ਕੀਤਾ ਸੀ। ਸੋ ਇੱਥੋਂ ਪਤਾ ਲੱਗਦਾ ਕਿ ਜਿਹੜੀਆਂ ਜਾਂਚ ਏਜੰਸੀਆਂ ਨੇ ਜਾਂ ਪੰਜਾਬ ਸਰਕਾਰ ਜਾਣ ਬੁੱਝ ਕੇ ਇੱਕ ਫਿਰਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਨੇਗੇ। ਜਿੰਨੀਆਂ ਵੀ ਜਾਂਚ ਅੱਜ ਤੱਕ ਪੰਜਾਬ ਦੇ ਵਿੱਚ ਜਿਹੜੀ ਕੈਪਟਨ ਸਰਕਾਰ ਦੇ ਵੇਖ ਰਹੀਆਂ, ਉਹਨਾਂ ਦਾ ਕਿਸੇ ਦਾ ਵੀ ਰਿਜ਼ਲਟ ਨਹੀਂ ਆਇਆ। ਦੇਖੋ ਜਦੋਂ ਦੇ ਕੈਪਟਨ ਸਾਹਿਬ 2017 ਦੇ ਮੁੱਖ ਮੰਤਰੀ ਬਣੇ ਨੇ, ਜਿੰਨੀਆਂ ਇਹਨਾਂ ਨੇ ਗੱਲਾਂ ਕੀਤੀਆਂ, ਜਿੰਨਾ ਪੰਜਾਬ ਦੇ ਲੋਕਾਂ ਨੇ ਵਾਅਦੇ ਕੀਤੇ, ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਜਾਂਚ ਬਣਾ ਲੈਂਦੇ ਨੇ, ਜਾਂਚ ਏਜੰਸੀ ਨੂੰ ਬਦਲ ਦਿੰਦੇ ਨੇ, ਜਾਂਚ ਦਰ ਜਾਂਚ ਜਾਰੀ ਆ, ਕਿਸੇ ਜਾਂਚ ਦਾ ਕੋਈ ਰਿਜ਼ਲਟ ਨਹੀਂ ਨਿਕਲਿਆ। ਤੁਸੀਂ ਦੇਖੋਗੇ ਵੀ ਸਾਡੇ ਵੱਲੋਂ ਆਮ ਆਦਮੀ ਪਾਰਟੀ ਵੱਲੋਂ 1500 ਕਰੋੜ ਰੁਪਏ ਦਾ ਖੁਲਾਸਾ ਕੀਤਾ ਗਿਆ, ਉਹਦੀ ਇੱਕ ਜਾਂਚ ਹੋਈ ਤੀ ਵਿਜੀਲੈਂਸ ਬਿਊਰੋ ਦੀ, ਉਸ ਤੋਂ ਬਾਅਦ ਫਿਰ ਦੂਜੀ ਜਾਂਚ ਬਿਠਾ ਤੀ। ਸੋ ਇੱਥੋਂ ਪਤਾ ਲੱਗਦਾ ਕਿ ਕੈਪਟਨ ਸਾਹਿਬ ਕਿਸੇ ਵੀ ਜਾਂਚ ਨੂੰ ਸਿਰੇ ਨਹੀਂ ਚੜਨ ਦਿੰਦੇ, ਪਹਿਲਾਂ ਹੀ ਉਹਨੂੰ ਡੀਰੇਲ ਕਰ